ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਚਾ ਸੁਨੀਰ ਤੇ। ਏਆਰ ਪੈਸਲੇ ਜੋ ਕਿ ਸਿੱਧੂ ਮੂਸੇਵਾਲੇ ਦਾ ਪੁਰਾਣਾ ਸਾਥੀ ਸੀ, ਅਤੇ ਜੇਕਰ ਸਿੱਧੂ ਮੂਸੇਵਾਲੇ ਦੀ ਬਿਗ ਬੜ ਨਾਲ ਲੜਾਈ ਨਾ ਹੁੰਦੀ ਤਾਂ ਆਪਾਂ ਨੂੰ ਜੀ ਵੈਗਨ ਸੌਂਗ ਵਿੱਚ ਏਆਰ ਪੈਸਲੇ ਦਾ ਰੈਪ ਸੁਣਨ ਨੂੰ ਮਿਲਣਾ ਸੀ। 63 ਬੁੱਕੇ ਰੋਡ ਤੇ ਕਦੇ ਨਾ ਮਠਾਣੇ ਹੁੰਦਾ ਕਦੇ ਬਿੱਲ ਬੋਰਡ ਤੇ ਸ਼ਾਮ ਬ੍ਰਾਈਟ ਵੈਨ ਇਟਸ ਨਾਈਟ ਬਟ ਇਟ ਫੀਲਸ ਲਾਈਕ ਡੇ ਲੈਟਸ ਗੋ। ਉੱਥੇ ਏਆਰ ਪੈਸਲੇ ਸਿੱਧੂ ਮੂਸੇਵਾਲੇ ਦੇ ਕਈ ਗਾਣਿਆਂ ਵਿੱਚ ਆਪਾਂ ਨੂੰ ਦੇਖਣ ਨੂੰ ਵੀ ਮਿਲਿਆ, ਜਿਵੇਂ ਕਿ ਬੀ ਟਾਊਨ ਅਤੇ ਹੋਮਿਸਾਈਡ। ਅੱਜ ਕਰਨ ਔਜਲਾ ਨੇ ਇੱਕ ਸਟੂਡੀਓ ਦੀ ਸਟੋਰੀ ਆਪਣੇ ਸਨੈਪਚੈਟ ਅਕਾਊਂਟ ਤੇ ਸ਼ੇਅਰ ਕੀਤੀ, ਅਤੇ ਉਸੇ ਸਟੂਡੀਓ ਦੀ ਸਟੋਰੀ ਏਆਰ ਪੈਸਲੇ ਨੇ ਵੀ ਪਾਈ। ਕਈਆਂ ਦੇ ਘਰਾਂ ਦੀ ਛੱਤ ਪੱਕੀ ਕਰਕੇ ਨਹੀਂ ਸਾਡੇ ਵਾਲੀ ਚੁੰਦੀ ਅਪਲਾਈ ਬੈਠਿਆਂ, ਜਿੱਥੋਂ ਇਹ ਪ੍ਰੂਫ ਹੁੰਦਾ ਹੈ ਕਿ ਦੋਨੋਂ ਜਾਣੇ ਸੇਮ ਸਟੂਡੀਓ ਵਿੱਚ ਬੈਠੇ ਹਨ, ਅਤੇ ਆਪਾਂ ਨੂੰ ਕਰਨ ਔਜਲਾ ਅਤੇ ਏਆਰ ਪੈਸਲੇ ਦੋਨਾਂ ਦਾ ਇਕੱਠਿਆਂ ਦਾ ਗੀਤ ਬਹੁਤ ਜਲਦ ਸੁਣਨ ਨੂੰ ਮਿਲ ਸਕਦਾ ਹੈ। ਸ਼ਾਇਦ ਇਸ ਲਈ ਸਿੱਧੂ ਮੂਸੇਵਾਲੇ ਨੇ ਅੱਜ ਇਹ ਸਟੋਰੀ ਸ਼ੇਅਰ ਕੀਤੀ ਕਿ ਜਿਸ ਦਾ ਵੀ ਸਾਥ ਦੇਣਾ ਸ਼ਰੇਆਮ ਦੋ, ਵਿਰੋਧੀ ਅਖਵਾ ਲਓ ਪਰ ਦੋਗਲੇ ਨਹੀਂ। ਬਾਕੀ ਦੋਸਤੋ, ਤੁਹਾਡੀ ਇਸ ਬਾਰੇ ਕੀ ਰਿਹਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਜੇ ਤੁਹਾਨੂੰ ਵੀਡੀਓ ਲਿਖਤਾ ਵੀਡੀਓ ਲਾਈਕ, ਅਤੇ ਹੋਰ ਨਾ ਵੀਡੀਓ ਦੇਖਣ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।